الناس اللي ندعوا على الدنيا دلوطن ماديا جنہاں نے ساڈے سرپنچاں دے نال ਅਸੀਂ 31 ਪੰਚਾਇਤਾਂ ਅੱਜ ਕਵਰ ਕੀਤੀਆਂ ਨੇ ਬਲਾਕ ਵੇਰਕਾ ਦੀਆਂ ਔਰ ਇਹਦੇ ਵਿੱਚ 4.6 ਕਰੋੜ ਰੁਪਈਆ ਜਿਹੜਾ ਉਹ 31 ਪੰਚਾਇਤਾਂ ਨੂੰ ਦਿੱਤਾ ਹੈ ਜਿਹੜਾ ਇਹ ਡਿਸਕ੍ਰੀਸ਼ਨਰੀ ਗ੍ਰਾਂਟਸ ਹੁੰਦੀਆਂ ਜਾਂ ਵਿੱਤ ਕਮਿਸ਼ਨ ਤੋਂ ਆਉਂਦੇ ਆ ਤੁਸੀਂ ਪਿੰਡ ਦੇ ਵਿਕਾਸ ਲਈ ਕਿਤੇ ਵੀ ਲਾ ਸਕਦੇ ਹੋ ਜਿਵੇਂ ਪਹਿ ਬਣਾ ਸਕਦੇ ਹੋ ਤੁਸੀਂ ਗਲੀਆਂ ਬਣਾ ਸਕਦੇ ਹੋ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰ ਸਕਦੇ ਹੋ ਤੁਸੀਂ ਸਕੂਲ 'ਚ ਵੀ ਲਾ ਸਕਦੇ ਹੋ ਤੁਸੀਂ ਕੋਈ ਹੋਰ ਜਿਹੜਾ ਵੀ ਕੰਮ ਹੈ ਸਾਂਝਾ ਉੱਥੇ ਯੂਜ ਕਰ ਸਕਦੇ ਹੋ 5 ਕਰੋੜ ਮੈਨੂੰ ਦਿੱਤਾ ਹੈ ਕੈਪਟਨ ਸਾਹਿਬ ਨੇ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਉਹਦਾ ਅਸੀਂ ਦੋਵਾਂ ਪੰਚਾਇਤਾਂ ਦੋਵਾਂ ਬਲਾਕਾਂ ਨੂੰ 2.5 ਕਰੋੜ ਰੁਪਈਆ ਪਾਇਆ ਹੈ ਉਹਦੇ 'ਚੋਂ ਅੱਧੇ ਦਿੱਤੇ ਅੱਧੇ ਜਿੱਦਣ 75% ਕੰਮ ਪੂਰਾ ਕਰਕੇ ਔਰ ਜੂਸੀ ਲਿਆਉਣਗੇ ਅੱਧਿਆਂ ਦਾ ਚੈੱਕ ਫਿਰ ਦਿਆਂਗੇ ਜਿਹੜਾ ਜਿਹੜਾ ਜਿਵੇਂ ਕੰਮ ਕੰਪਲੀਟ ਕਰਕੇ ਲਈ ਜਾਊਗਾ ਉਹਨੂੰ ਦੇਈ ਜਾਵਾਂਗੇ ਸਰਪੰਚਾਂ ਨੂੰ ਤਾਂ ਹੁਣੇ ਮੈਂ ਬੋਲ ਕੇ ਹਟਿਆ ਵੀ ਜਿੰਨੀ ਦਿਆਨਤਦਾਰੀ ਨਾਲ ਅਸੀਂ ਦੇ ਰਹੇ ਹਾਂ ਸੱਥ ਚਾਣ ਕੇ ਸਾਰਿਆਂ ਨੂੰ ਵਿਖਾ ਕੇ ਕਿ ਇਸ ਕੰਮ ਲਈ ਲਾਉਣੇ ਆ ਉਨੀ ਦਿਆਨਤਦਾਰੀ ਨਾਲ ਹੀ ਇਹ 1 ਨਵੇਂ ਪੈਸੇ ਤੱਕ ਤੁਸੀਂ ਲਾਉਣਾ ਇਹਦੇ ਵਿੱਚ ਕੋਈ ਮਾਨਤ ਸਰਕਾਰ ਦੀ ਖਿਆਨਤ ਨਹੀਂ ਹੋਣੀ ਚਾਹੀਦੀ ਕਿਉਂਕਿ ਬੜੇ ਹੀ ਔਖੇ ਸਮੇਂ ਵਿੱਚ ਮਨਪ੍ਰੀਤ ਬਾਦਲ ਜੀ ਸਾਡੇ ਬਹੁਤ ਹੀ ਵਧੀਆ ਉਹਨਾਂ ਨੇ ਬੜੀ ਹਿੰਮਤ ਨਾਲ ਇੰਨਾ ਕਰਜ਼ੇ ਦਾ ਬੋਝ ਆ ਸਰਕਾਰ ਦੇ ਸਿਰ ਉਹਦੇ ਬਾਵਜੂਦ ਵੀ ਬੜੀ ਹਿੰਮਤ ਹੈ ਉਹਨਾਂ ਦੀ ਕਿ ਇੰਨਾ ਪੈਸਾ ਜਿਹੜਾ ਪਿੰਡਾਂ ਨੂੰ ਦਿੱਤਾ ਲਾਉਣ ਵਾਸਤੇ ਉਹ ਜੇ ਆਪਾਂ ਉਹਦਾ ਦੁਰਉਪਯੋਗ ਕਰੀਏ ਤਾਂ ਆਪਣੇ ਵਾਸਤੇ ਇਦੋਂ ਵੱਡਾ ਜੁਰਮ ਕੋਈ ਨਹੀਂ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਵਾਸਤੇ MLA ਸਾਹਿਬ ਹਨ ਤਰਸੇਮ ਸਿੰਘ DC ਉਹਨਾਂ ਦੇ ਹਲਕੇ ਵਾਸਤੇ ਵੱਖ ਵੱਖ ਪੰਚਾਇਤਾਂ ਨੂੰ ਸਮਾਰਟ ਵਿਲੇਜ ਦੌਰਾਨ ਅਤੇ 14ਵੇਂ ਵਿੱਤ ਕਮਿਸ਼ਨ ਦੌਰਾਨ 4.6 ਕਰੋੜ ਰੁਪਏ ਜਿਹੜੇ ਆ 31 ਪੰਚਾਇਤਾਂ ਨੂੰ ਦਿੱਤੇ ਜਾਣੇ ਵੱਖ ਵੱਖ ਸਕੀਮਾਂ ਦੀਆਂ ਗਲੀਆਂ ਨਾਲੀਆਂ ਰਸਤੇ ਸਕੂਲ ਡਿਸਪੋਜ਼ਲ ਡਰੇਨ ਆਦਿ ਵਾਸਤੇ ਦਿੱਤੇ ਗਏ ਹਨ ਤਾਂ ਜੋ ਪਿੰਡਾਂ ਦੇ ਡਿਵੈਲਪਮੈਂਟ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ MLA ਸਾਹਿਬ ਤਰਸੇਮ ਸਿੰਘ DC ਹਲਕਾ ਅਟਾਰੀ ਦੇ ਜੋ ਵੱਖ ਵੱਖ ਪੰਚਾਇਤਾਂ ਨੂੰ ਇਹ ਚੈੱਕ ਜਿਹੜੇ ਮੌਕੇ 'ਤੇ ਦੇਣਗੇ ਅਤੇ ਵਿਕਾਸ ਦੇ ਕੰਮਾਂ ਬਾਰੇ ਉਹਨਾਂ ਨੂੰ ਸਾਰੇ ਪਿੰਡਾਂ ਨੂੰ